ਪੰਜਾਬ ਪੁਲਿਸ ਦੁਆਰਾ ਨਸ਼ੇ ਅਤੇ ਤਸਕਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਨਸ਼ੇ ਤਸਕਰੀ ਦੇ ਧੰਦੇ ਵਿੱਚ ਬਦਨਾਮ ਪਿੰਡ ਸੇਚ ਚ ਦਿਖਾਈ ਸਖੀ ਦੇ ਬਾਅਦ ਜ਼ਿਆਦਾਤਰ ਤਸਕਰ ਗਾਇਬ ਹਨ, ਪਿੰਡ ਛੱਡ ਕੇ ਭੱਜ ਚੁੱਕੇ ਹਨ। ਉੱਥੇ ਹੀ ਸੁਲਤਾਨਪੁਰ ਲੋਧੀ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਸੁਲਤਾਨਪੁਰ ਲੋਧੀ ਚ ਨਾਕਾ ਲਗਾ ਕੇ ਇੱਕ 50 ਸਾਲਾਂ ਦੇ ਬਜ਼ੁਰਗ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਪੁਲਿਸ ਦੇ ਅਨੁਸਾਰ ਇਸ ਅਪਰਾਧੀ ਨਸ਼ਾ ਤਸਕਰ ਤੋਂ ਤਕਰੀਬਨ 300 ਗ੍ਰਾਮ ਹਿਰਨ ਬਰਾਮਦ ਕੀਤੀ ਹੈ ਅਤੇ ਫੜੇ ਗਏ ਅਪਰਾਧੀ ਦਾ ਨਾਮ ਪੂਰਨ ਸਿੰਘ ਪੁੱਤਰ ਸਾਧੂ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਪਿੰਡ ਸੇਚਾ ਦਾ ਰਹਿਣ ਵਾਲਾ ਹੈ। ਪੂਰਨ ਸਿੰਘ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਤੇ ਪਹਿਲਾਂ ਹੀ 6 ਮਾਮਲੇ ਦਰਜ ਹਨ ਅਤੇ ਇਹਨਾਂ ਦਾ ਇੱਕ ਬੇਟਾ ਹਿਰਨ ਦੇ ਕੇਸ 'ਚ ਦਿੱਲੀ ਦੀ ਜੇਲ੍ਹ 'ਚ ਵੀ ਬੰਦ ਹੈ। ਇਹ ਪੂਰਨ ਸਿੰਘ ਆ, ਪੁਰਾਣਾ ਸਮਗਲਰ ਹੈਗਾ। ਇਹਦੇ ਕੋਲ ਹੁਣ 300 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਕੱਲ ਅਤੇ 209 ਨੰਬਰ FIR ਦਰਜ ਕੀਤੀ ਗਈ ਇਹਦੇ ਖਿਲਾਫ ਥਾਣਾ ਸੁਲਤਾਨਪੁਰ ਲੋਧੀ ਵਿਖੇ। ਇਸ ਦੇ ਪਰਿਵਾਰ 'ਤੇ ਵੀ ਮਾਮਲੇ ਦਰਜ ਹੈ? ਹਾਂ, ਇਸ 'ਤੇ ਵੀ 2 ਪਰਚੇ ਹੈਗੇ ਦਰਜ। ਇਹਦੇ ਪਰਿਵਾਰ ਦੇ ਮੈਂਬਰ 2 ਜਿਹੜੇ ਦੇ ਲੜਕੇ ਨੇ ਗੁਰਚਰਨ ਸਿੰਘ ਇਲਿਸ ਬਿੱਟੂ, ਅਤੇ ਇਹਨਾਂ 'ਤੇ ਵੀ ਕਰੀਬ 6 ਮੁਕੱਦਮੇ ਅਤੇ ਦੂਸਰੇ ਲੜਕੇ 'ਤੇ 2 ਮੁਕੱਦਮੇ ਆ। ਜਿਹੜਾ ਬਿੱਟੂ ਆ ਉਹ ਭਗੌੜਾ ਅਤੇ ਦੂਸਰਾ ਲੜਕਾ ਜਿਹੜਾ ਇਹਦਾ ਹੈਗਾ ਉਹ ਇਸ ਟਾਈਮ ਜੇਲ੍ਹ ਵਿੱਚ ਬੰਦ ਆ। ਇਹਦਾ ਪੋਤਾ ਜਿਹੜਾ ਹੈਗਾ ਉਹ ਵੀ ਆਪਣਾ ਗੋਲਡੀ ਜਿਹੜਾ ਹੈਗਾ ਉਹ ਵੀ ਰੀਸੈਂਟਲੀ ਮੁਕੱਦਮਾ ਸਦਰ ਕਪੂਰਥਲੇ ਦਰਜ ਹੋਇਆ 5 ਕਿਲੋ ਹੀਰੋਇਨ ਦਾ, ਉਹਦੇ ਵਿੱਚ ਭਗੌੜਾ ਹੈ। ਜਿਹੜਾ ਵਾ ਇਹ ਪਹਿਲਾਂ ਤੇ ਕਿੰਨੇ ਮਾਮਲੇ ਦਰਜ ਸੀਗੇ ਔਰ ਪਹਿਲਾਂ PU ਸੀ ਕਿ ਇਹ 2 ਮੁਕੱਦਮੇ ਕਮਿਸ਼ਨਰ ਕਵੀ ਦੀ ਜੇਲ੍ਹ ਕੱਟ ਸਜ਼ਾ ਕੱਟ ਕੇ ਵਾਪਸ ਆਇਆ ਤੇ ਫਿਰ ਇਹ ਧੰਦਾ ਕਰ ਰਿਹਾ ਸੀ। ਨਿਊਜ਼ ਲਈ ਸੁਲਤਾਨਪੁਰ ਲੋਧੀ ਦਾ ਨਿਰਮਲ ਸਿੰਘ ਦੀ ਰਿਪੋਰਟ।